ਨਡਾਲਾ ਦੇ ਅਨੁਰੂਪ ਨੇ ਕਰਾਟੇ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਮਗਾ। ਬੀਤੇ ਦਿਨੀ ਦੇਹਰਾਦੂਨ ਉੱਤਰਾਖੰਡ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ ਦੇ ਖਿਡਾਰੀ ਅਤੇ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੀ ਤੀਜੀ ਜਮਾਤ ਦੇ ਵਿਦਿਆਰਥੀ ਅਨੁਰੂਪ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਨਡਾਲਾ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਸੋਨ ਤਮਗਾ ਜਿੱਤ ਕੇ ਆਪਣੇ ਇਲਾਕੇ ਅਤੇ ਸਕੂਲ ਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਮਦਨ ਲਾਲ ਸ਼ਰਮਾ ਅਤੇ ਕੋਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 10 ਦੇਸ਼ਾਂ ਦੇ 350 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ ਅਨੁਰੂਪ ਨੇ ਸੋਨ ਤਗਮਾ ਜਿੱਤ ਕੇ ਇੰਗਲੈਂਡ 'ਚ ਹੋਣ ਵਾਲੀ ਵਰਲਡ ਕਰਾਟੇ ਚੈਂਪੀਅਨਸ਼ਿਪ 'ਚ ਆਪਣਾ ਜਿਹੜਾ ਸਥਾਨ ਪੱਕਾ ਕਰ ਲਿਆ। ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਵਧਾਈ ਦਿੰਦਿਆਂ ਆਖਿਆ ਕਿ ਇਹ ਹੋਣਹਾਰ ਵਿਦਿਆਰਥੀ ਦੀ ਸਖ਼ਤ ਮਿਹਨਤ ਅਤੇ ਕੋਚ ਹਰਪ੍ਰੀਤ ਸਿੰਘ ਕੋਚਿੰਗ ਦਾ ਨਤੀਜਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨ ਨਿਸਕਤ ਜਸਪ੍ਰੀਤ ਸਿੰਘ ਗੁਰਾਇਆ ਨੇ ਜਿੱਥੇ ਮਾਪੇ ਸਕੂਲ ਪ੍ਰਬੰਧਕ ਅਤੇ ਕੋਚ ਨੂੰ ਵਧਾਈ ਦਿੱਤੀ ਉੱਥੇ ਵਿਦਿਆਰਥੀ ਨੂੰ ਆਸ਼ੀਰਵਾਦ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਕੱਖ, ਅਵਤਾਰ ਸਿੰਘ ਧੌਲਪੁਰ, ਮਨਦੀਪ ਸਿੰਘ ਕੰਡਾ, ਗੁਰਪ੍ਰੀਤ ਸਿੰਘ ਕੋਚ ਸ਼ੀਤਲ ਪੱਡਾ ਅਤੇ ਹੋਰ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹਰਪ੍ਰੀਤ ਮਾਰਸ਼ਲ ਆਰਟ ਕਲੱਬ ਨਡਾਲਾ ਵਿਖੇ ਸਭ ਇਕੱਠੇ ਹੋਏ ਹਾਂ। ਸਾਡਾ ਇੱਕ ਬਹੁਤ ਹੀ ਪਿਆਰਾ ਬੱਚਾ ਅਨੁਰੂਪ, ਜੋ ਕਿ ਉੱਤਰਾਖੰਡ ਵਿਖੇ ਹੋਈ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਲੈ ਕੇ ਆਇਆ ਹੈ। ਅਸੀਂ ਸਾਰੇ ਮੋਤਵਾ ਸੱਜਣ ਅਤੇ ਸਾਰੇ ਪਿੰਡ ਵਾਸੀ ਵਧਾਈ ਦੇਣ ਆਏ ਸੀਗੇ ਅਤੇ ਬੱਚੇ ਦੀ ਹੌਸਲਾ ਅਫਜਾਈ ਕਰਨ ਆਏ ਸੀਗੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਇਹ ਬੱਚਾ ਆਉਣ ਵਾਲੇ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ ਲੰਡਨ ਵਿਖੇ ਖੇਡਣ ਜਾ ਰਿਹਾ ਹੈ। ਮੈਂ ਪਿੰਡ ਵਾਸੀਆਂ ਅਤੇ ਇਸ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ। ਮੇਰੇ ਤੱਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਮੈਨੂੰ ਇਹ ਬੇਝਿਜਕ ਦੱਸ ਸਕਦਾ ਹੈ। ਮੇਰੇ ਨਾਲ ਅੱਜ ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ ਜੀ, ਅਵਤਾਰ ਸਿੰਘ ਜੀ, ਕੋਚ ਸ਼ੀਤਲ ਪੱਡਾ, ਗੁਰਪ੍ਰੀਤ ਸਿੰਘ ਅਤੇ ਚੇਅਰਮੈਨ ਸਾਹਿਬ ਜੋ ਇਸ ਕਲੱਬ ਦੇ ਹਨ ਉਹ ਆਏ ਹਨ। ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਹ ਅਨੁਰੂਪ ਬੇਟਾ ਸਾਡਾ ਥਰਡ ਕਲਾਸ 'ਚ ਪੜ੍ਹਦਾ, ਇਹ ਸਕੂਲ ਲਈ ਜਿਉਂ ਦਾ ਇਹ ਸਕੂਲ ਦੇ ਵਿੱਚ ਆਇਆ, ਇਹ ਬਹੁਤ ਜ਼ਿਆਦਾ ਮੈਡਲ ਲੈ ਕੇ ਆ ਰਿਹਾ ਅਤੇ ਸਕੂਲ ਇਸੇ ਕਰਕੇ ਸਾਡਾ ਕਿ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਸਕੂਲ ਹੈ, ਸਾਡਾ ਸ਼੍ਰੋਮਣੀ ਕਮੇਟੀ ਦੁਆਰਾ ਚਲਾਇਆ ਜਾਂਦਾ, ਇਹਦੇ ਵਿੱਚ ਦੇ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਵੀ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਂਦੀਆਂ, ਜਿਵੇਂ ਕਿ ਇਹਨਾਂ ਦੀ ਫੀਸ ਮਾਫ਼ ਕੀਤੀ ਜਾਂਦੀ ਜੋ ਕਿ ਬੱਚਾ ਸਪੋਰਟਸ ਦੇ ਵਿੱਚ ਮੈਡਲ ਲੈ ਕੇ ਆਉਂਦਾ। ਅਤੇ ਆਪਾਂ ਅਗਾਂਹ ਉਮੀਦ ਕਰਦੇ ਹਾਂ ਕਿ ਇਹ ਖੇਡਾਂ ਪੱਤਰ ਪੰਜਾਬ ਦੀ ਜੋ ਪੰਜਾਬ ਸਰਕਾਰ ਦੁਆਰਾ ਵੀ ਆਏ ਅਤੇ ਉਹਨਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਦੇ ਗੋਲਡ ਮੈਡਲ ਹਾਸਲ ਕੀਤੇ ਅਤੇ ਸਾਨੂੰ ਮਾਣ ਵਾਲੀ ਗੱਲ ਹੈ ਕਿ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਇਹ ਗੋਲਡ ਮੈਡਲ ਹੀ ਲੈ ਕੇ ਆਊਗਾ। ਇਸ ਗੱਲ ਨੂੰ ਸੋਚ ਕੇ ਬਹੁਤ ਸਾਨੂੰ ਮਾਣ ਪ੍ਰਾਪਤ ਹੋ ਰਿਹਾ ਹੈ ਕਿ ਇਹ ਕਲੱਬ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਇੱਥੇ 2-4 ਬੱਚੇ ਸੀ, ਆਸਤੇ ਆਸਤੇ ਚੱਲਦੇ ਚੱਲਦੇ ਇਹ ਕਿੱਥੇ ਪਹੁੰਚੇ, ਪਹਿਲੇ ਇੰਡੀਆ ਲੈਵਲ 'ਤੇ ਖੇਡੇ, ਅੱਜ ਨੈਸ਼ਨਲ ਲੈਵਲ 'ਤੇ ਖੇਡ ਰਹੇ ਹਨ ਅਤੇ ਅੱਜ ਸਾਨੂੰ ਬੜੀ ਖੁਸ਼ੀ ਨਾਲ ਇਹ ਕਹਿਣਾ ਪੈ ਰਿਹਾ ਕਿ ਉਹ ਬੱਚਾ ਸਾਡੀ ਹੀ ਕਲੱਬ ਦਾ ਇਹ ਬੱਚਾ ਇੰਗਲੈਂਡ ਲਈ ਸਿਲੈਕਟ ਹੋ ਚੁੱਕਿਆ ਹੈ। ਇਹ ਹਰਪ੍ਰੀਤ ਦੀ ਸਾਰੀ ਮਿਹਨਤ ਹੈ ਜੋ ਲਗਾਤਾਰ ਕਾਫੀ ਸਾਲਾਂ ਤੋਂ, ਅੱਜ ਤੋਂ ਨਹੀਂ ਮੇਰੇ ਨਾਲ ਕਾਫੀ ਸਾਲਾਂ ਤੋਂ ਜੁੜਿਆ ਹੋਇਆ ਅਤੇ ਇਹਨੇ ਬਹੁਤ ਮਿਹਨਤ ਕੀਤੀ ਤਾਂ ਇਸ ਮੁਕਾਮ 'ਤੇ ਆਇਆ। ਅਸੀਂ ਹੋਰ ਵੀ ਆਸ ਕਰਦੇ ਹਾਂ, ਪਿੰਡ ਵਾਸੀਆਂ ਕੋਲੋਂ ਵੀ ਕਰਦੇ ਹਾਂ ਕਿ ਇਸ ਕਲੱਬ ਨਾਲ ਕਲੱਬ ਨੂੰ ਸਹਿਯੋਗ ਕੀ ਦਿੱਤਾ ਜਾਵੇ ਤਾਂ ਕਿ ਉਹ ਕਲੱਬ ਦੇ ਬੱਚੇ ਗਾਹ ਹੋਰ ਤੋਂ ਹੋਰ ਤਾਂ ਜਾ ਕੇ ਖੇਡ ਕੇ ਇੱਥੇ ਆਉਣ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਜਸਪ੍ਰੀਤ ਭਾਅ ਜੀ ਨੇ ਤਾਂ ਪਹਿਲਾਂ ਦੱਸ ਹੀ ਦਿੱਤਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹਦੇ ਬਾਰੇ ਅਤੇ ਮੇਰਾ ਕਲੱਬ ਹੈਗਾ ਹਰਪ੍ਰੀਤ ਮਾਰਸ਼ਲ ਆਰਟ ਕਲੱਬ ਜੋ ਕਿ ਨਡਾਲੇ ਵਿੱਚ ਹੈ, ਠੀਕ ਹੈ ਜੀ। ਅਤੇ ਮੇਰਾ ਇੱਕ ਸਟੂਡੈਂਟ ਹੈ ਬੜਾ ਹੋਣਹਾਰ ਅਨੁਰੂਪ ਸਿੰਘ, ਅਤੇ ਉਹ ਦੇਹਰਾਦੂਨ ਗਿਆ ਸੀਗਾ
ਇੰਟਰਨੈਸ਼ਨਲ ਚੈਂਪੀਅਨਸ਼ਿਪ ਘੱਟੋ ਘੱਟ 7 ਦੇਸ਼ਾਂ ਨੇ ਉਹਨਾਂ 'ਚ ਪਾਰਟੀਸਪੇਟ ਕੀਤਾ ਸੀ। ਹੁਣ ਇਸ ਤੋਂ ਬਾਅਦ ਜਿਹੜੀ ਇਹਦੀ ਸਿਲੈਕਸ਼ਨ ਸੀਗੀ ਗਾਂਹ ਵਰਲਡ ਚੈਂਪੀਅਨਸ਼ਿਪ ਲਈ, ਜਿਹਦੇ 'ਚ 20 ਤੋਂ 30 ਦੇਸ਼ਾਂ ਨੇ ਪਾਰਟੀਸਪੇਟ ਕਰਨਾ ਉਹਦੇ ਵਿੱਚ, ਉਸ ਦੇ ਵਿੱਚ ਇਹਦੀ ਸਿਲੈਕਸ਼ਨ ਹੋਈ ਆ ਜੀ। ਅਤੇ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਇੱਕ ਮੁੰਡਾ ਆਪਣਾ ਇੱਥੇ ਦਾ ਮੇਰੇ ਕਲੱਬ ਦਾ ਉਹ 'ਚ ਸਿਲੈਕਟ ਹੋਇਆ, ਮੈਨੂੰ ਬੜੀ ਖੁਸ਼ੀ ਹੈ ਜੀ। ਧੰਨਵਾਦ ਜੀ। ਇਹ ਕਿਹੜੇ ਸਕੂਲ ਦਾ ਵਿਦਿਆਰਥੀ ਅਤੇ ਅੱਗੇ ਕੀ ਤਿਆਰੀ? ਹਾਂਜੀ, ਇਹ ਜੋਰਾਵਰ ਸਿੰਘ ਪਬਲਿਕ ਸਕੂਲ ਹੈ ਜੀ, ਨਡਾਲੇ ਦੇ ਵਿੱਚ ਹੀ ਹੈ, ਅਤੇ ਉਹਦਾ ਸਟੂਡੈਂਟ ਹੈ। ਉੱਥੇ ਪੜ੍ਹ ਕੇ ਵੀ ਉਹਦੇ ਵਿੱਚ ਵੀ ਹੋਣਹਾਰ ਹੈ, ਪੜ੍ਹਾਈ ਦੇ ਵਿੱਚ ਵੀ ਅਤੇ ਨਾਲ ਖੇਡਾਂ ਵਿੱਚ ਵੀ ਪਾਰਟੀਸਪੇਟ ਪੂਰਾ ਕਰਦਾ ਹੈ, ਜਿੱਥੇ ਜਾਂਦਾ ਮੱਲਾਂ ਮਾਰਦਾ ਪੂਰੀਆਂ, ਅਤੇ ਬੜੀ ਖੁਸ਼ੀ ਦੀ ਗੱਲ ਆ। ਸਾਰਾ ਸਟਾਫ ਵੀ ਸਕੂਲ ਦਾ ਬਹੁਤ ਖੁਸ਼ ਹੈ। ਹਾਂਜੀ।